ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਆਪ ਜੀ ਦੇ ਸਾਹਮਣੇ ਇੱਕ ਵਾਰਤਾਲਾਪ ਪੇਸ਼ ਕਰਨ ਜਾ ਰਹੇ ਹਾਂ ਜਿਸ ਦਾ ਵਿਸ਼ਾ ਹੈ ਖਾਲਸਾ ਏਡ। ਦੀਦੀ ਦੀਦੀ ਮੈਂ ਇੱਕ ਗੱਲ ਪੁੱਛਾਂ। ਪੁੱਛ ਪੁੱਛ, ਤੈਨੂੰ ਹੋਰ ਕੰਮ ਵੀ ਕੀ ਆ? ਐਵੇਂ ਨਾ ਖਿਜੀ ਜਾਇਆ ਕਰੋ ਹਰ ਵਕਤ। ਚੱਲ ਪੁੱਛ, ਸਿਰ ਨਾ ਖਾਈ ਜਾ ਮੇਰਾ। ਜਿਸ ਦਿਨ ਮੰਮੀ ਡੈਡੀ ਘਰ ਨਹੀਂ ਹੁੰਦੇ ਟਿਕਟ ਨਹੀਂ ਦਿੰਦੀ। ਆ ਜਿਹੜੇ ਸਰਦਾਰ ਕਦੇ ਪਾਣੀ ਚ ਬੜੇ ਹੁੰਦੇ ਕਸ਼ਮੀਰ ਚ, ਕਦੇ ਨੇਪਾਲ ਚ ਜਾ ਕੇ ਰੋਟੀਆਂ ਖਵਾਉਂਦੇ ਹੁੰਦੇ, ਕਦੇ ਮੁੰਬਈ ਚ ਹੜ੍ਹ ਚ ਫਸਿਆਂ ਲਈ ਲੰਗਰ ਲਾਉਂਦੇ ਆ, ਇਹ ਕੌਣ ਆ ਭਲਾ? ਪਤਾ ਤਾਂ ਮੈਨੂੰ ਵੀ ਨਹੀਂ, ਪਰ ਫੇਸਬੁੱਕ ਤੇ ਫੋਟੋਆਂ ਬਹੁਤ ਸੋਹਣੀਆਂ ਖਿਚਾ ਕੇ ਪਾਉਂਦੇ ਆ। ਇਹ ਉੱਥੇ ਫੋਟੋ ਖਿਚਾਉਣ ਜਾਂਦੇ ਆ, ਬੜੀਆਂ ਸੋਹਣੀਆਂ ਲੱਗਦੀਆਂ, ਜਿਵੇਂ ਵੇੜੀਆਂ ਚ ਸਵਾਰ ਹੋ ਕੇ ਘਰਾਂ ਚ ਖਾਣਾ ਪਹੁੰਚਾਉਂਦੇ ਆ। ਫੋਟੋਆਂ ਖਿਚਾਉਣੀ ਜਾਂਦੇ ਹੋਣੇ ਆ, ਹੋਰ ਹੀ ਨਹੀਂ ਸੇਵਾ ਕਰਨੀ ਆ? ਲੈ ਦੱਸ, ਸੇਵਾ ਕਿਉਂ ਨਹੀਂ ਕਰ ਸਕਦੇ? ਜੇ ਸੇਵਾ ਕਰਦੇ ਹੁੰਦੇ ਤਾਂ ਖਬਰਾਂ ਵਾਲੇ ਨਾ ਦਿਖਾਉਂਦੇ। ਆਹੋ, ਖਬਰਾਂ ਵਾਲੇ ਤਾਂ ਬੜਾ ਦਿਖਾਉਂਦੇ ਆ, ਜੇ ਕੋਈ ਬੱਚਾ ਕਿਸੇ ਬੋਰ ਚ ਡਿੱਗ ਜਾਵੇ ਤਾਂ ਤਿੰਨ ਤਿੰਨ ਦਿਨ ਲਗਾਤਾਰ ਉਹਦੀ ਖਬਰੀ ਦਿਖਾਉਂਦੇ ਰਹਿੰਦੇ ਆ। ਤਾਂ ਹੀ ਤਾਂ ਕਹਿੰਦੀ ਆ ਮੈਂ, ਇਹ ਸੇਵਾ ਨਹੀਂ ਕਰਦੇ ਹੋਣੇ, ਬਸ ਉਹਦੀ ਫੋਟੋਆਂ ਪਾ ਦਿੰਦੇ ਹੋਣੇ ਫੇਸਬੁੱਕ ਤੇ। ਅੱਜ ਕੱਲ ਤਾਂ ਜੇ ਕੋਈ ਚਟਨੀ ਨਾਲ ਰੋਟੀ ਵੀ ਖਾ ਲਵੇ ਉਹਦੀ ਵੀ ਫੋਟੋ ਪਾ ਦਿੰਦੇ ਫੇਸਬੁੱਕ ਤੇ। ਆ ਵੀਰ ਜੀ ਆ ਗਏ, ਇਹਨਾਂ ਨੂੰ ਪਤਾ ਹੋਣਾ ਕੁਝ ਨਾ ਕੁਝ, ਇਹਨਾਂ ਨੇ ਅੰਮ੍ਰਿਤ ਛਕਿਆ ਆ, ਇਹਨਾਂ ਨੂੰ ਫਤਿਹ ਬੁਲਾਈ, ਕਿਤੇ ਸਤਿ ਸ੍ਰੀ ਅਕਾਲ ਨਾ ਬੁਲਾ ਬੈ ਜੀ। ਕਿਆ ਆ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੁੜੀਓ ਕੀ ਕਰੀ ਜਾ ਰਹੀ ਆ? ਜਰਾ ਇਹਦੀ ਗੱਲ ਤਾਂ ਸੁਣਿਓ, ਮੇਰੀ ਤਾਂ ਕੁਝ ਸਮਝ ਨਹੀਂ ਆਉਂਦਾ। ਕੀ ਕਹਿੰਦੀ ਆ ਇਹ? ਕਹਿੰਦੀ ਆ ਆ ਸਰਦਾਰ, ਜਿਹੜੇ ਫੋਟੋਆਂ ਚਈਆਂ ਪਾਈ ਜਾਂਦੇ ਆ, ਕਦੇ ਕਸ਼ਮੀਰ ਦੇ ਹੜ੍ਹ ਦੀਆਂ, ਕਦੇ ਨੇਪਾਲ ਦੀਆਂ, ਉਹਨਾਂ ਬਾਰੇ ਪੁੱਛਦੀ ਸੀ। ਤਾਂ ਫਿਰ ਕੀ ਜਵਾਬ ਦਿੱਤਾ ਤੁਸੀਂ? ਮੈਂ ਕਿਹਾ ਭਈ ਐਵੇਂ ਬੇਲੀ ਜਨਤਾ ਨੂੰ ਕੋਈ ਕੰਮ ਨਹੀਂ, ਬਸ ਸਾਰਾ ਦਿਨ ਫੇਸਬੁੱਕ, ਵਟਸਐਪ ਤੇ ਸਟੇਟਸ ਤੇ ਸਟੇਟਸ ਤੇ ਫੋਟੋਆਂ ਤੇ ਫੋਟੋਆਂ। ਬੱਲੇ ਤੇਰੇ, ਉਹਨੂੰ ਤੇ ਪਤਾ ਨਹੀਂ ਸੀ, ਉਹਨੇ ਪੁੱਛ ਲਿਆ ਤੇ ਤੂੰ ਆਪਣਾ ਦਿਮਾਗ ਲਾ ਕੇ ਵੀ ਉਹਨੂੰ ਪੁੱਠਾ ਜਵਾਬ ਦੇ ਦਿੱਤਾ। ਲੈ ਦੱਸ, ਪੁੱਠਾ ਜਵਾਬ ਕਿੱਦਾਂ ਹੋਇਆ ਭਲਾ? ਮੈਨੂੰ ਤਾਂ ਪਹਿਲਾਂ ਹੀ ਲੱਗਦਾ ਸੀ ਇਹਨੂੰ ਪਤਾ ਪੁਤਾ ਕੁਝ ਹੈ ਨਹੀਂ, ਐਵੇਂ ਭਕਾਈ ਮਾਰੀ ਜਾਂਦੀ ਆ। ਉਹ ਬਸ ਭਾਈ, ਐਵੇਂ ਕਮਲ ਨਾ ਘੁੱਟੀ ਜਾਓ। ਅਸਲ ਚ ਇਹ ਗੱਲਾਂ ਬਾਰੇ ਤੁਸੀਂ ਗੱਲ ਕਰ ਰਹੇ ਹੋ, ਇਹ ਖਾਲਸਾ ਏਡ ਵਾਲੇ ਨੇ। ਕਿਹੜੀ ਏਡ? ਖਾਲਸਾ ਏਡ, ਅਸੀਂ ਤਾਂ ਸਕੂਲ ਚ ਫਸਟ ਏਡ ਬਾਰੇ ਪੜ੍ਹਿਆ, ਇਹ ਕਿਹੜੀ ਨਵੀਂ ਏਡ ਆ ਗਈ? ਹੁਣ ਸਿਲੇਬਸ ਹੋਰ ਵੱਧ ਜਾਊ। ਤੈਨੂੰ ਅਕਲ ਨਹੀਂ ਆ ਸਕਦੀ, ਬਸ ਇਦਾਂ ਦੀ ਹੀ ਕਰੀ ਜਾਇਆ ਕਰ। ਵੀਰ ਜੀ ਤੁਸੀਂ ਦੱਸੋ, ਇਹ ਖਾਲਸਾ ਏਡ ਇੱਕ ਜਥੇਬੰਦੀ ਆ, ਪੂਰੀ ਦੁਨੀਆ ਚ ਜਿੱਥੇ ਵੀ ਲੋਕ ਕਿਸੇ ਮੁਸੀਬਤ ਚ ਹੁੰਦੇ ਆ ਉੱਥੇ ਇਹ ਮਦਦ ਕਰਨ ਲਈ ਪਹੁੰਚ ਜਾਂਦੇ ਆ। ਅੱਛਾ, ਆ ਤਾਂ ਨਵੀਂ ਗੱਲ ਪਤਾ ਲੱਗੀ। ਹਾਂ, ਇਹਨਾਂ ਕਰਕੇ ਸੰਸਾਰ ਅੰਦਰ ਸਿੱਖਾਂ ਦਾ ਨਾਮ ਉੱਚਾ ਹੋ ਗਿਆ। ਫੇਰ ਤਾਂ ਇਹ ਲੋਕ ਬਹੁਤ ਚੰਗਾ ਕੰਮ ਕਰਦੇ ਪਏ ਆ। ਹਾਂ, ਇਰਾਕ, ਸੀਰੀਆ, ਕਸ਼ਮੀਰ, ਨੇਪਾਲ, ਮੁੰਬਈ, ਮਤਲਬ ਕਿ ਸੰਸਾਰ ਅੰਦਰ ਜਿੱਥੇ ਵੀ ਲੋਕ ਕਿਸੇ ਮੁਸੀਬਤ ਚ ਹੁੰਦੇ ਆ ਉੱਥੇ ਰੈੱਡ ਕ੍ਰਾਸ ਤੇ ਆਰਮੀ ਨਾਲ ਪਹਿਲਾਂ ਪਹੁੰਚ ਕੇ ਲੋਕਾਂ ਦੀ ਮਦਦ ਕਰਦੇ ਆ। ਇਹਨਾਂ ਨੂੰ ਡਰ ਨਹੀਂ ਲੱਗਦਾ ਜੇ ਕੁਝ ਹੋ ਜਾਵੇ ਇਹਨਾਂ ਨੂੰ? ਜੋ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀ ਜੈ, ਸਿਰ ਦੀਜੈ ਕਾਣ ਨਾ ਕੀਜੈ। ਇਹੀ ਤਾਂ ਸਿੱਖਾਂ ਦੀ ਵਿਲੱਖਣਤਾ ਆ, ਇਹ ਆਪਣੀ ਜਾਨ ਨੂੰ ਖਤਰੇ ਚ ਪਾ ਕੇ ਜੂਝਦੇ ਹੋਏ ਲੋੜਵੰਦਾਂ ਤੱਕ ਪਹੁੰਚ ਜਾਂਦੇ ਆ। ਪਰ ਇੱਕ ਗੱਲ ਮੈਨੂੰ ਸਮਝ ਨਹੀਂ ਆਈ। ਪੁੱਛ, ਕੀ ਨਹੀਂ ਸਮਝ ਲੱਗਾ ਤੈਨੂੰ? ਜੇ ਇਹ ਇੰਨਾ ਕੰਮ ਕਰਦੇ ਪਏ ਆ ਤਾਂ ਖਾਲਸਾ ਏਡ ਵਾਲੇ ਇਹਨਾਂ ਦੀ ਕੋਈ ਖਬਰ ਕਿਉਂ ਨਹੀਂ ਦਿਖਾਉਂਦੇ? ਹਾਈ ਤਾਂ ਗੱਲ ਆ, ਇਹਨਾਂ ਨੇ ਕਦੇ ਸਿੱਖਾਂ ਦੀ ਚੰਗੀ ਖਬਰ ਦਿਖਾਈ ਕਿਤੇ? ਜਦੋਂ ਕਿਤੇ ਥੋੜੀ ਬਹੁਤੀ ਘਟਨਾ ਹੋ ਜਾਂਦੀ ਪੂਰਾ ਪੂਰਾ ਦਿਨ ਮਸਾਲਾ ਲਾ ਕੇ ਦਿਖਾਉਂਦੇ ਆ ਉਹਨੂੰ। ਜਾਣੀ ਕਿ ਇਹਨਾਂ ਨੇ ਸਿੱਖਾਂ ਦੀ ਮਾੜੀ ਖਬਰ ਹੀ ਦਿਖਾਉਣੀ ਆ, ਕੋਈ ਚੰਗੀ ਖਬਰ ਨਹੀਂ ਦਿਖਾਉਣੀ। ਬਿਲਕੁਲ ਸਹੀ, ਇਹ ਮੀਡੀਆ ਵਾਲੇ ਲੋਕ ਆਪਣੀਆਂ ਘਟੀਆਂ ਹਰਕਤਾਂ ਤੋਂ ਬਾਜ ਨਹੀਂ ਆ ਸਕਦੇ। ਪਰ ਖਾਲਸਾ ਏਡ ਵਾਲਿਆਂ ਨੂੰ ਇਹਨਾਂ ਰਾਸ਼ਨ, ਕੱਪੜੇ ਤੇ ਪੈਸਾ ਕਿੱਥੋਂ ਮਿਲਦਾ? ਪੂਰੀ ਦੁਨੀਆ ਚੋਂ ਸਿੱਖ ਇਹਨਾਂ ਦੀ ਮਦਦ ਕਰਦੇ ਆ। ਫੇਰ ਤਾਂ ਖਾਲਸਾ ਏਡ ਵਾਲਿਆਂ ਨੇ ਕਮਾਲ ਹੀ ਕੀਤੀ ਭਈਆ। ਹੋਰ ਕੀ, ਅਸਲ ਚ ਇਹ ਲੋਕ ਸਿੱਖ ਧਰਮ ਦੀ ਸਿੱਖਿਆ, ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲਕ ਤੇ ਅਮਲ ਕਰਦੇ ਪਏ ਆ। ਬਿਲਕੁਲ ਠੀਕ ਕਹਿ ਰਹੇ ਹੋ, ਜੇਕਰ ਸਾਰੀ ਸਿੱਖ ਕੌਮ ਇਹਨਾਂ ਤੋਂ ਕੁਝ ਸਿੱਖਿਆ ਲਵੇ ਤਾਂ ਕੌਮ ਦਾ ਚਿਹਰਾ ਮੂਹਰਾ ਬਦਲ ਸਕਦਾ। ਹਾਂਜੀ, ਜਿੰਨਾ ਤਨ ਅਸੀਂ ਨਗਰ ਕੀਰਤਨਾਂ, ਜਗ੍ਹਾ ਜਗ੍ਹਾ ਲੰਗਰਾਂ, ਛਬੀਲਾਂ ਅੱਜ ਖਰਚ ਕਰਦੇ ਪਏ ਆ, ਜੇ ਅਸੀਂ ਇਹਦਾ ਅੱਧਾ ਹਿੱਸਾ ਵੀ ਖਾਲਸਾ ਏਡ ਵਰਗੇ ਕੰਮਾਂ ਚ ਖਰਚ ਕਰੀਏ
ਤਾਂ ਬਹੁਤ ਫਾਇਦਾ ਹੋ ਸਕਦਾ ਆ। ਆ ਮੈਂ ਕਈ ਵਾਰ ਅਖਬਾਰਾਂ ਤੇ ਮੈਗਜ਼ੀਨਾਂ ਚ ਪੜ੍ਹਿਆ ਕਿ ਸ਼ਿਕਲੀਗਰ ਬੰਜ਼ਾਰੇ ਤੇ ਹੋਰ ਬਹੁਤ ਸਾਰੇ ਗੁਰੂ ਨਾਨਕ ਨਾਮ ਲੇਵਾ ਸਿੱਖ ਮੱਧ ਭਾਰਤ ਚ ਰਹਿੰਦੇ ਆ। ਹਾਂ, ਉਹ ਬੜੇ ਗਰੀਬ ਆ, ਉਹਨਾਂ ਦੀ ਬਾਹ ਫੜਨ ਵਾਲਾ ਵੀ ਕੋਈ ਨੀ। ਫਿਰ ਖਾਲਸਾ ਏਡ ਵਾਲੇ ਉਹਨਾਂ ਲਈ ਕਰਦੇ ਨੀ ਕੁਝ? ਬੱਲੇ ਤੇਰੇ, ਆਪਾਂ ਨਾ ਕੁਝ ਕਰੀਏ, ਬਸ ਖਾਲਸਾ ਏਡ ਵਾਲੀ ਸਾਰਾ ਕੁਝ ਕਰਨ। ਫਿਰ ਤਾਂ ਸਾਰੀ ਕੌਮ ਨੇ ਖਾਲਸਾ ਏਡ ਬਣਨਾ ਪਊ, ਫਿਰ ਹੀ ਕੁਝ ਬਣ ਸਰ ਸਕਦਾ। ਦੇਖੋ ਜੀ, ਖਾਲਸਾ ਏਡ ਵਾਲਿਆਂ ਨੇ ਤਾਂ ਰਸਤਾ ਦੱਸਿਆ, ਸਾਨੂੰ ਹੁਣ ਹਰ ਖੇਤਰ ਵਿੱਚ ਲੋਕ ਸੇਵਾ ਦਾ ਬੀੜਾ ਚੁੱਕਣਾ ਪਊ। ਸਿਧਾਂਤ ਤਾਂ ਸਾਡੇ ਕੋਲ ਪਹਿਲਾਂ ਹੀ ਬੜਾ ਵਿਲੱਖਣ ਆ, ਪਰ ਸੇਵਾ ਦੇ ਖੇਤਰ ਚ ਆ ਕੇ ਸਾਰੇ ਸੰਸਾਰ ਚ ਇੱਕ ਪਛਾਣ ਬਣਾਉਣ ਦੀ ਲੋੜ ਆ। ਫਿਰ ਦੇਖ ਕਿਵੇਂ ਸਾਰਾ ਸੰਸਾਰ ਸਿੱਖ ਧਰਮ ਵੱਲ ਖਿੱਚਿਆ ਚੱਲਾ ਆਉਂਦਾ। ਹਾਂ, ਗੱਲ ਤਾਂ ਤੁਹਾਡੀ ਬਿਲਕੁਲ ਠੀਕ ਆ, ਪਰ ਇਹ ਕੰਮ ਇੰਨਾ ਸੌਖਾ ਨਹੀਂ ਜਿੰਨਾ ਲੱਗਦਾ ਆ। ਕਈ ਵਾਰ ਵਰਦੀਆਂ ਗੋਲੀਆਂ ਚ ਜਾ ਕੇ ਵੀ ਕੰਮ ਕਰਨਾ ਪੈਂਦਾ। ਹਾਂ, ਮਰਜ਼ੀ ਵੜਿਆਂ ਦੀ ਵੀ ਲੋੜ ਪਾਊ। ਕੋਈ ਘਬਰਾਉਣ ਦੀ ਗੱਲ ਨਹੀਂ, ਕੌਮ ਨੇ ਕਈ ਮਰਜੀਵੜੇ ਪੈਦਾ ਕੀਤੇ ਤੇ ਕਰਦੀ ਰਹੂ, ਬਸ ਸਹੀ ਸਿੱਧ ਦੇਣ ਵਾਲਿਆਂ ਦੀ ਕਮੀ ਆ। ਖਾਲਸਾ ਏਡ ਵਾਲਿਆਂ ਨੂੰ ਰਸਤਾ ਦਿਖਿਆ ਤਾਂ ਤੁਰਨਾ ਹਿੰਮਤ ਦਾ ਕੰਮ ਆ, ਵਾਹਿਗੁਰੂ ਮਿਹਰ ਕਰੂ ਤੇ ਸਾਨੂੰ ਸਮਰਥਾ ਬਖਸ਼ੂ। ਅੱਛਾ, ਇਹ ਖਾਲਸਾ ਏਡ ਵਾਲਿਆਂ ਦੇ ਮੁਖੀ ਦਾ ਕੀ ਨਾਮ ਆ? ਰਵੀ ਸਿੰਘ ਆ ਉਹਨਾਂ ਦਾ ਨਾਮ। ਉਹਨਾਂ ਨੂੰ ਤਾਂ ਕਈ ਅਵਾਰਡ ਵੀ ਮਿਲ ਚੁੱਕੇ ਆ, ਯੂਰੋਪ ਦੇ ਮੀਡੀਆ ਚ ਇਹਨਾਂ ਦੀ ਚਰਚਾ ਅਕਸਰ ਹੀ ਚੱਲਦੀ ਰਹਿੰਦੀ ਆ। ਮੈਨੂੰ ਤਾਂ ਲੱਗਦਾ ਭਗਤ ਪੂਰਨ ਸਿੰਘ ਜੀ ਅਤੇ ਬੀਬੀ ਇੰਦਰਜੀਤ ਕੌਰ ਤੋਂ ਬਾਅਦ ਸੇਵਾ ਦੇ ਖੇਤਰ ਚ ਇਹਨਾਂ ਦਾ ਅਮੁੱਲਾ ਯੋਗਦਾਨ ਆ। ਬਿਲਕੁਲ ਠੀਕ ਕਹਿ ਰਹੇ ਹੋ, ਇਹੋ ਜਿਹੇ ਪੰਥ ਫਰਿਸ਼ਤਿਆਂ ਦੀ ਕੌਮ ਨੂੰ ਬੜੀ ਲੋੜ ਆ, ਜਿਨ੍ਹਾਂ ਦਾ ਮਿਸ਼ਨ ਸਿਰਫ ਸੇਵਾ ਹੀ ਹੋਵੇ। ਤੁਹਾਨੂੰ ਖਾਲਸਾ ਏਡ ਦਾ ਭਵਿੱਖ ਨਹੀਂ ਲੱਗਦਾ? ਇਹ ਵੀ ਕੋਈ ਸਵਾਲ ਹੋਇਆ? ਇਹ ਤਾਂ ਬਹੁਤ ਵੱਡਾ ਸਵਾਲ ਆ। ਉਹ ਕਿਵੇਂ ਵੀਰ ਜੀ? ਸਾਡੀਆਂ ਬਹੁਤ ਸਾਰੀਆਂ ਸੰਸਥਾਵਾਂ ਸ਼ੁਰੂਆਤਾਂ ਬਹੁਤ ਵਧੀਆ ਕਰਦੀਆਂ ਤੇ ਫਿਰ ਸਮਾਂ ਪਾ ਕੇ ਉਹਨਾਂ 'ਚ ਖੜੋਤ ਆ ਜਾਂਦੀ ਆ। ਉਹ ਤੂੰ ਅਗਲੇ ਨੂੰ ਗੱਲ ਤਾਂ ਪੂਰੀ ਕਰ ਲੈਣ ਦਿਆ ਕਰ। ਬਿਲਕੁਲ ਠੀਕ ਕਹਿ ਰਹੇ ਹੋ, ਨਾ ਸਿਰਫ ਸਮਾਂ ਪਾ ਕੇ ਬਹੁਤੀਆਂ ਸੰਸਥਾਵਾਂ ਵਿੱਚ ਖੜੋਤ ਆ ਜਾਂਦੀ ਆ, ਸਗੋਂ ਇਹਨਾਂ 'ਚ ਅਨੁਮਤੀ ਸੰਸਥਾਵਾਂ ਆਪ ਵਿਰਤੀ ਖੁਸਪੈਟ ਵੀ ਕਰ ਲੈਂਦੀਆਂ। ਹਾਂ, ਸਾਡੀਆਂ ਬਹੁਤ ਸਾਰੀਆਂ ਸੰਸਥਾਵਾਂ ਦਾ ਇਹੋ ਹੀ ਹਾਲ ਹੋਇਆ। ਵਾਹਿਗੁਰੂ ਭਲੀ ਕਰੇ ਤੇ ਖਾਲਸਾ ਏਡ ਇਸ ਤੋਂ ਬਚਿਆ ਰਹੇ। ਖਾਲਸਾ ਏਡ ਨੂੰ ਇਸ ਪਾਸੇ ਵੱਲੋਂ ਸੁਚੇਤ ਹੋ ਕੇ ਆਪਣੇ ਮਿਸ਼ਨ ਉੱਤੇ ਨਿਗਾਹ ਟਿਕਾਉਣੀ ਰੱਖਣੀ ਪਵੇਗੀ, ਇਸ ਵਿੱਚ ਹੀ ਕੌਮ ਦਾ ਭਲਾ ਆ। ਵਾਹਿਗੁਰੂ ਭਲਾ ਜ਼ਰੂਰ ਕਰੂਗਾ, ਨਾਲੇ ਖਾਲਸਾ ਏਡ ਦਾ ਤਾਂ ਨਾਮ ਹੀ ਖਾਲਸੇ ਦੇ ਨਾਮ ਉੱਤੇ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਤਾਂ ਠੀਕ ਹੈ, ਜਦ ਤੱਕ ਖਾਲਸਾ ਏਡ ਵਾਲੇ ਖਾਲਸੇ ਦੇ ਗੁਣਾਂ ਤੇ ਗੁਰਬਾਣੀ ਨਾਲ ਜੁੜੇ ਰਹਿਣਗੇ ਤਾਂ ਖਾਲਸਾ ਏਡ ਚੜ੍ਹਦੀ ਕਲਾ ਵਿੱਚ ਜਾਣਗੇ। ਗੁਰਬਾਣੀ ਖਾਲਸੇ ਦੀ ਜੜ ਆ, ਜਦ ਤੱਕ ਇਹ ਜੜ ਹਰੀ ਰਹੇਗੀ ਦਰਖਤ ਨਹੀਂ ਸੁੱਕਣਗੇ। ਦੇਖੋ ਜੀ, ਸਾਨੂੰ ਪਹਿਲਾਂ ਆਪ ਗੁਰਬਾਣੀ ਨਾਲ ਜੋੜਨਾ ਪੈਣਾ, ਫਿਰ ਅਸੀਂ ਆਪਣੇ ਰਿਸ਼ਤੇਦਾਰਾਂ ਤੇ ਆਂਢ ਗੁਆਂਢ ਨੂੰ ਗੁਰਬਾਣੀ ਨਾਲ ਜੋੜੀਏ। ਗੁਰੂ ਪਾਤਸ਼ਾਹ ਦਾ ਫੁਰਮਾਨ ਹੈ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਜਬੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਬਿਲਕੁਲ ਸਹੀ ਕਹਿ ਰਹੇ ਹੋ ਵੀਰ ਜੀ, ਤੁਸੀਂ ਸਾਨੂੰ ਖਾਲਸਾ ਏਡ ਬਾਰੇ ਦੱਸ ਕੇ ਤੇ ਮੀਡੀਆ ਦੀ ਬਦਨੀਤੀ ਬਾਰੇ ਦੱਸ ਕੇ ਸਾਡੀਆਂ ਅੱਖਾਂ ਖੋਲ ਦਿੱਤੀਆਂ। ਹੁਣ ਅਸੀਂ ਆਪਣੇ ਆਂਢ ਗੁਆਂਢ ਤੇ ਸਹੇਲੀਆਂ ਨੂੰ ਇਸ ਬਾਰੇ ਜਾਣਕਾਰੀ ਦੇਵਾਂਗੀਆਂ। ਚੰਗਾ ਜੀ, ਹੁਣ ਆਗਿਆ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।